ਇੱਕ ਅਜਿਹੀ ਖਬਰ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਆਖਿਰ ਇੰਜ ਕਿਵੇਂ ਪੋਸੀਬਲ ਹੋ ਸਕਦਾ ਹੈ, ਕਿਸ ਤਰ੍ਹਾਂ ਹੋ ਸਕਦਾ ਹੈ, ਕਿਉਂਕਿ 56 ਸਾਲਾਂ ਬਾਅਦ ਇੱਕ ਹਰਿਆਣਾ ਦੇ ਫੌਜੀ ਮੁਨਸ਼ੀ ਰਾਮ ਨੂੰ ਆਪਣੇ ਪਿੰਡ ਦੀ ਮਿੱਟੀ ਜਿਹੜੀ ਹੈ ਉਹ ਨਸੀਬ ਹੋਵੇਗੀ। ਬਿਲਕੁਲ ਹੈਰਾਨ ਕਰਨ ਵਾਲੀ ਇਹ ਖਬਰ ਹੈ ਇਸ ਵੇਲੇ ਦੀ, ਕਿਉਂਕਿ 56 ਸਾਲ ਹੋ ਗਏ ਇਸ ਹਰਿਆਣਾ ਦੇ ਫੌਜੀ ਨੂੰ ਜਿਸਦਾ ਨਾਮ ਮੁਨਸ਼ੀ ਰਾਮ ਦੱਸਿਆ ਜਾ ਰਿਹਾ ਹੈ। 56 ਸਾਲਾਂ ਬਾਅਦ ਪਿੰਡ ਦੀ ਮਿੱਟੀ ਜਿਹੜੀ ਹੈ ਇਸ ਵਿਅਕਤੀ ਨੂੰ ਨਸੀਬ ਹੋਵੇਗੀ, ਕਿਉਂਕਿ 56 ਸਾਲਾਂ ਤੋਂ ਬਰਫ਼ ਦੇ ਵਿੱਚ ਦੱਬੇ ਰਹੇ ਹਰਿਆਣਾ ਦੇ ਫੌਜੀ ਮੁਨਸ਼ੀ ਰਾਮ। ਦਾਦੀ ਇਹ ਵੱਡੀ ਖਬਰ ਹੈ ਤੇ ਬੇਹੱਦ ਹੈਰਾਨ ਕਰਨ ਵਾਲਾ ਇਹ ਮਾਮਲਾ ਸਾਹਮਣੇ ਆਇਆ। ਦਾਦੀ ਕਿ 7 ਫਰਵਰੀ 1968 ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਰੋਹਤਾਗ ਦਰੇ ਉੱਤੇ ਭਾਰਤੀ ਹਵਾਈ ਸੈਨਾ ਦਾ ਇੱਕ AN-12 ਜਹਾਜ਼ ਸੰਪਰਕ ਟੁੱਟ ਗਿਆ ਸੀਗਾ ਤੇ ਹੁਣ ਤੱਕ 9 ਲਾਸ਼ਾਂ ਜਿਹੜੀਆਂ ਨੇ ਉੱਥੋਂ ਦੀ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। ਤੇ ਦੱਸ ਦਈਏ ਕਿ ਹੁਣ ਇਸ ਵੇਲੇ ਜਿਹੜੀ ਵੱਡੀ ਖਬਰ ਹੈ ਕਿ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪੀਤੀ ਦੀ ਚੰਦਰਭਾਗਾ ਰੇਂਜ ਵਿੱਚ 56 ਸਾਲ ਪਹਿਲਾਂ ਹੋਏ ਜਹਾਜ਼ ਹਾਦਸੇ ਚੋਂ ਫੌਜ ਦੇ 4 ਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਭਾਰਤੀ ਫੌਜ ਦੀ ਟੀਮ ਇਹਨਾਂ ਲਾਸ਼ਾਂ ਨੂੰ ਉੱਥੋਂ ਕੱਢ ਕੇ ਸਪੀਤੀ ਦੇ ਕਾਜਾ ਦੇ ਲੌਸਰ ਦੇ ਵਿੱਚ ਲਿਜਾ ਚੁੱਕੀ ਹੈ। ਇਹ ਲਾਸ਼ਾਂ ਜਿਹੜੀਆਂ ਨੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ ਤੇ ਇਹਨਾਂ 4 ਲਾਸ਼ਾਂ ਵਿਚਕਾਰ ਹਰਿਆਣਾ ਦੇ ਰਿਵਾੜੀ ਦਾ ਕਾਂਸਟੇਬਲ ਮੁਨਸ਼ੀ ਰਾਮ ਵੀ ਸ਼ਾਮਲ ਹੈ। ਸਾਰੀਆਂ ਲਾਸ਼ਾਂ ਦੀ ਪਛਾਣ ਵੀ ਕਰ ਲਿੱਤੀ ਗਈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪਿੰਡ ਉੱਤਰਾਖੰਡ ਦੇ ਚਮੇਲੀ ਜ਼ਿਲ੍ਹੇ ਦੀ ਥਰਾਲੀ ਤਹਿਸੀਲ ਦੇ ਪਿੰਡ ਕੋਲਪੁਰੀ ਇਹਦਾ ਵੀ ਇੱਕ ਫੌਜੀ ਜਿਹੜਾ ਸੀ ਉਹ ਲਾਪਤਾ ਸੀਗਾ, ਜਿਸਦੀ ਮ੍ਰਿਤਕ ਦੇਹ ਜਿਹੜੀ ਹੈ 56 ਸਾਲ ਤੱਕ ਬਰਫ਼ ਦੇ ਵਿੱਚ ਦੱਬੀ ਰਹੀ ਹੈ ਤੇ 56 ਸਾਲਾਂ ਬਾਅਦ ਇਸ ਵਿਅਕਤੀ ਨੂੰ ਵੀ ਆਪਣੇ ਪਿੰਡ ਦੀ ਮਿੱਟੀ ਜਿਹੜੀ ਹੈ ਉਹ ਨਸੀਬ ਹੋਵੇਗੀ। ਪਿੰਡ ਦਾ ਨਾਰਾਇਣ ਸਿੰਘ 1968 ਵਿੱਚ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਦਰੇ ਦੇ ਵਿੱਚ ਏਅਰਪੋਰਟ ਦਾ ਜਿਹੜਾ AN-12 ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀਗਾ। ਉਸੇ ਵਿਚਕਾਰ ਇਹ ਸਿਪਾਹੀ ਵੀ ਸ਼ਾਮਲ ਸੀ ਜਿਸਨੂੰ 56 ਸਾਲਾਂ ਬਾਅਦ ਹੁਣ ਉਹਨਾਂ ਦੇ ਮਾਪਿਆਂ ਕੋਲ ਸੌਂਪਿਆ ਜਾਵੇਗਾ, ਕਿਉਂਕਿ ਕਈ ਸਾਰੀਆਂ ਲਾਸ਼ਾਂ ਸੀਗੀਆਂ ਜਿਸ ਦੇ ਵਿੱਚ 9 ਲਾਸ਼ਾਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਸੀਗੀਆਂ। ਉਹਨਾਂ ਦੇ ਵਿੱਚੋਂ ਹੀ 4 ਸਿਪਾਹੀ ਜਿਹੜੀਆਂ ਨੇ 4 ਸਿਪਾਹੀਆਂ ਦੀ ਲਾਸ਼ਾਂ ਜਿਹੜੀਆਂ ਨੇ ਉਹ ਮਿਲੀਆਂ ਨੇ, ਉਹ ਵੀ 56 ਸਾਲਾਂ ਬਾਅਦ। ਬੇਹੱਦ ਹੈਰਾਨ ਕਰਦੀ ਹੈ ਇਹ ਗੱਲ ਕਿ 56 ਸਾਲ ਤੱਕ ਇਹ ਲਾਸ਼ਾਂ ਬਰਫ਼ ਦੇ ਵਿੱਚ ਢੱਕੀਆਂ ਰਹੀਆਂ, ਦੱਬੀਆਂ ਰਹੀਆਂ ਤੇ ਬਹੁਤ ਹੀ ਸਹੀ ਸਲਾਮਤ ਰਹੀਆਂ ਤੇ ਹੁਣ ਉਹਨਾਂ ਨੂੰ ਇਹ ਲਾਸ਼ਾਂ ਜਿਹੜੀਆਂ ਨੇ ਉਹਨਾਂ ਦੇ ਮਾਪਿਆਂ ਦੇ ਕੋਲ ਪਹੁੰਚਾ ਦਿੱਤੀ ਜਾਵੇਗੀ। ਦੱਸ ਦਈਏ ਕਿ ਪਿੰਡ ਦੇ ਮੁਖੀ ਜਿਹੜੇ ਨੇ ਨਾਰਾਇਣ ਸਿੰਘ ਦੇ ਭਤੀਜੇ ਜੈਵਰ ਸਿੰਘ ਦੇ ਵੱਲੋਂ ਇਹ ਗੱਲ ਦੱਸੀ ਗਈ ਹੈ ਕਿ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਉਹਨਾਂ ਦੀ ਪਛਾਣ ਵੀ ਕੀਤੀ ਜਾ ਚੁੱਕੀ ਹੈ। ਫੌਜ ਦੇ ਅਧਿਕਾਰੀਆਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਲਾਸ਼ ਜਿਹੜੀ ਹੈ ਬਰਫ਼ ਦੇ ਵਿੱਚ ਸੁਰੱਖਿਅਤ ਸੀ, ਪਰ ਬਰਫ਼ ਚੋਂ ਬਾਹਰ ਕੱਢਣ ਤੋਂ ਬਾਅਦ ਲਾਸ਼ ਜਿਹੜੀ ਉਹ ਪਿਘਲਣੀ ਸ਼ੁਰੂ ਹੋ ਗਈ, ਜਿਸ ਕਾਰਨ ਇਹਨਾਂ ਨੂੰ ਸੁਰੱਖਿਅਤ ਰੱਖਿਆ ਜਾ ਰਿਹਾ। ਉਹਨਾਂ ਦਾ DNA ਸੈਂਪਲ ਵੀ ਲਿਆ ਜਾ ਰਿਹਾ ਤੇ ਉਸ ਤੋਂ ਬਾਅਦ ਸਾਰੇ ਫਾਰਮੈਲਿਟੀ ਪੂਰੀ ਕਰਨ ਤੋਂ ਬਾਅਦ ਇਹਨਾਂ ਜਿਹੜੀ ਮ੍ਰਿਤਕ ਦੇਹ ਨੇ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਤੱਕ ਪਹੁੰਚਾਈ ਜਾਵੇਗੀ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਰਿਵਾੜੀ ਦੇ ਬਾਵਲ ਤਹਿਸੀਲ ਦੇ ਪਿੰਡ ਗੁਰਸਰ ਮਾਜਰੀ ਦਾ ਕਾਂਸਟੇਬਲ ਮਹਰੂਮ ਮੁਨਸ਼ੀ ਰਾਮ ਦੀ ਗੱਲ ਕਰਦੇ ਹਾਂ, ਜਹਾਜ਼ ਵਿੱਚ ਉਹ ਵੀ ਸਵਾਰ ਸੀ ਤੇ ਹੁਣ 56 ਸਾਲਾਂ ਬਾਅਦ ਉਸਦੀ ਲਾਸ਼ ਜਿਹੜੀ ਹੈ ਬਰਾਮਦ ਹੋਈ ਹੈ ਤੇ ਰਿਵਾੜੀ ਦੇ DC ਅਭਿਸ਼ੇਕ ਮੀਨਾ ਦੇ ਵੱਲੋਂ ਇਹ ਗੱਲ ਦੀ ਜਾਣਕਾਰੀ ਦਿੱਤੀ ਗਈ ਕਿ ਮਿਲਟਰੀ ਆਪਰੇਸ਼ਨ ਟੀਮ ਨੇ ਬਰਫ਼ ਨਾਲ ਢੱਕੇ ਪਹਾੜਾਂ ਤੋਂ 4 ਮ੍ਰਿਤਕ ਦੇਹਾਂ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਨੇ, ਜਿਨ੍ਹਾਂ ਦੇ ਵਿੱਚੋਂ ਮਹਰੂਮ ਮੁਨਸ਼ੀ ਰਾਮ ਦੀਆਂ ਲਾਸ਼ ਵੀ ਬਰਾਮਦ ਹੋਈ ਹੈ ਤੇ ਜਲਦ ਹੀ ਇਹਨਾਂ ਨੂੰ ਪਿੰਡ ਲਿਆਂਦਾ ਜਾਵੇਗਾ ਅਤੇ ਇਹਨਾਂ ਦੇ ਮਾਪਿਆਂ ਨੂੰ ਜਿਹੜੀ ਇਹਨਾਂ ਦੀ ਮ੍ਰਿਤਕ ਦੇਹ ਜਿਹੜੀ ਹੈ ਸੌਂਪੀ ਜਾਵੇਗੀ ਤਾਂ ਇਹਨਾਂ ਫੌਜੀਆਂ ਦੀ ਮ੍ਰਿਤਕ ਦੇਹ ਜਿਹੜੀ ਇਹਨਾਂ ਨੂੰ ਆਪਣੇ ਪਿੰਡ ਦੀ ਮਿੱਟੀ ਜਿਹੜੀ ਹੈ ਉਹ ਨਸੀਬ ਹੋਵੇਗੀ। ਇਸ ਪੂਰੇ ਮਾਮਲੇ ਦੇ ਵਿੱਚ ਜ਼ਿਕਰ ਕਰ ਦਈਏ, ਦੱਸ ਦਈਏ, ਜਾਣਕਾਰੀ ਸਾਂਝੀ ਕਰਦੇ ਤੁਹਾਡੇ ਨਾਲ ਕਿ ਹਾਦਸਾ ਜਿਹੜਾ ਆ
7 ਫਰਵਰੀ 1968 ਨੂੰ ਹੋਇਆ ਸੀ। ਚੰਡੀਗੜ੍ਹ ਤੋਂ 102 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਸੀਗਾ ਭਾਰਤੀ ਹਵਾਈ ਸੈਨਾ ਦਾ AN-12 ਜਹਾਜ਼। ਖਰਾਬ ਮੌਸਮ ਹੋਣ ਕਾਰਨ ਹਾਦਸਾ ਗ੍ਰਸਤ ਹੋ ਗਿਆ ਸੀ। 2003 ਦੇ ਵਿੱਚ ਅਟਲ ਬਿਹਾਰੀ ਵਾਜਪੇਈ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ ਦੇ ਪਰਬਤਾਰੋਹੀਆਂ ਦੁਆਰਾ ਜਹਾਜ਼ ਦੇ ਮਲਬੇ ਦੀ ਖੋਜ ਕੀਤੀ ਗਈ ਤੇ ਬਾਅਦ ਵਿੱਚ ਫੌਜ ਖਾਸ ਤੌਰ ਤੇ ਡੋਗਰਾ ਸਕਾਊਟਸ ਨੇ ਕਈ ਆਪਰੇਸ਼ਨ ਕੀਤੇ ਅਤੇ 2005, 2006, 2013 ਅਤੇ 2019 ਦੇ ਵਿੱਚ ਸਰਚ ਆਪਰੇਸ਼ਨਾਂ ਦੇ ਵਿੱਚ 5 ਲਾਸ਼ਾਂ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਗਈਆਂ। ਹਾਲਾਂਕਿ ਇਸ ਦੌਰਾਨ ਮਨਾਲੀ ਦੇ ਕਈ ਟਰੈਕਟਰਾਂ ਨੇ ਜਹਾਜ਼ ਦਾ ਮਲਬਾ ਵੀ ਦੇਖਿਆ ਸੀਗਾ, ਪਰ ਹੁਣ 56 ਸਾਲਾਂ ਬਾਅਦ ਜਿਹੜੇ ਨੇ 4 ਮ੍ਰਿਤਕ ਦੇਹਾਂ ਜਿਹੜੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ। ਫਿਲਹਾਲ ਉਹਨਾਂ ਨੂੰ ਗਾਜ਼ਾ ਦੇ ਲੋਸਰ ਲਿਜਾਇਆ ਗਿਆ ਅਤੇ ਮੈਡੀਕਲ ਟੀਮ ਤੋਂ ਇਲਾਵਾ ਪੁਲਿਸ ਦੀ ਟੀਮ ਵੀ ਉੱਥੇ ਮੌਜੂਦ ਹੈ ਅਤੇ ਇਹਨਾਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।